ਰਾਣਾ ਸਾਹਿਬ ਵੀ ਸਾਡੇ ਪਿੰਡ ਤੋਂ ਬਿਲੋਂਗ ਕਰਦੇ ਤੇ ਜਸਟਿਸ ਇਫਤਖਾਰ ਮੁਹੰਮਦ ਚੌਧਰੀ ਜਿਹੜੇ ਆ ਉਹ ਵੀ ਇਸ ਪਿੰਡ ਤੋਂ ਬਿਲੋਂਗ ਕਰਦੇ ਆ ਰਾਣਾ ਸਾਹਿਬ ਬਕਾਇਦਾ ਬਚਪਨ ਜਿੱਥੇ ਰਹੇ ਵੀ ਆ ਇਹ ਸਕੂਲ 'ਚ ਵੀ ਉਹਨਾਂ ਨੇ ਕੋਈ ਇੱਕ ਦੋ ਕਲਾਸਾਂ ਦੋ ਦਿਨ ਕੀਤੀਆਂ ਆ ਪਹਿਲਾ ਇਲੈਕਸ਼ਨ ਸਗਾ ਜਿਹੜਾ ਉਹ ਆਪਣੇ ਅਬਾਈ ਇਲਾਕੇ ਦੇ ਵਿੱਚ 2018 ਵਾਲਾ ਐਮਐਨਏ ਦਾ ਲੜਿਆ ਤੇ ਇਨਸ਼ਾਅੱਲਾ ਉਹ ਚੁੱਕ ਕਾਮਯਾਬ ਵੀ ਹੋਏ ਜਸਸ ਇਫਤਖਾਰ ਦੇ ਵਾਲਦ ਤੇ ਰਾਣਾ ਸੁਨਾਲਲਾ ਦੇ ਵਾਲਦ ਫਸਟ ਕਜ਼ਨ ਚਾਚੇ ਤਾਈ ਦੇ ਬੇਟੇ ਸੀ ਉਹਨਾਂ ਦੀ ਫੈਮਿਲੀ ਇੱਥੇ ਹੀ ਆ ਸਾਰੇ ਇੱਥੇ ਹੀ ਬੈਠੇ ਆ ਤੇ ਖੁਸ਼ੀ ਗਮੀ ਤੇ ਇੱਥੇ ਆਉਂਦੇ ਆ ਕੋਈ ਵੀ ਕੋ ਫੌਤ ਹੋਵੇ ਜਾਂ ਕੋਈ ਸ਼ਾਦੀ ਹੋਵੇ ਤੇ ਆਉਂਦੇ ਆ ਘਰ ਦੋਨਾਂ ਫੈਮਿਲੀਆ ਦੇ ਮੌਜੂਦ ਨੇ ਜੀ ਇਹਨਾਂ ਉਹਨਾਂ ਦੀਆਂ ਫੈਮਲੀਆ ਦੇ ਕੋਲ ਵਾਲੋ ਚਾਚੇ ਤਾਇਆ ਦੇ ਜਿਹੜੇ ਬੇਟੇ ਆ ਉਹਨਾਂ ਦੇ ਕੋਲ ਆ ਬਿਸਮਿਲ੍ਲਾ ਰਹਿਮਾਨ ਰਹਿੀਮ ਅਸਲਾਮੁਅਲੈਕਮ ਤੇ ਮੈਂ ਤੁਹਾਡਾ ਵੀਰ ਸ਼ੌਕਤ ਹਿਆਤ ਤੁਸੀਂ ਵੇਖ ਰਹੇ ਹੋ ਮੀਨਪੁਰ ਬੰਗਲਾ ਦੇ ਦੁਨੀਆ ਦੋਸਤੋ ਤੁਹਾਨੂੰ ਜਿਸ ਤਰ੍ਹਾਂ ਮਾਲੂਮ ਹੈ ਕਿ ਅਸੀਂ ਇੱਕ ਮਾਲੂਮਾਤੀ ਵੀਡੀਓ ਦਾ سلسلہ ਸ਼ੁਰੂ ਕੀਤਾ ਹੋਇਆ ਹੈ ਪਿੰਡ ਦੀ ਸੈਰ ਦੇ ਹਵਾਲੇ ਨਾਲ ਤੇ ਉਹਦੇ ਵਿੱਚ ਹੀ ਅਸੀਂ ਪਿੰਡਾਂ ਦੀ ਸ਼ਖਸੀਅਤ ਦੇ ਬਾਰੇ ਵੀ ਗੱਲਬਾਤ ਆ ਕਰਾਂਗੇ ਤੇ ਅੱਜ ਤੁਹਾਨੂੰ ਅਸੀਂ ਲੈ ਚੱਲੇ ਆ ਚੱਕ ਨੰਬਰ 272 ਮਜ਼ਾਰਾ ਨਾਮ ਤੇ ਇਹਨਾਂ ਦਾ ਕੁਝ ਹੋਰ ਹੈ ਉਹ ਵੀ ਤੁਹਾਨੂੰ ਦੱਸਾਂਗੇ ਵੀ ਕੀ ਨਾਮ ਹੈ ਲੇਕਿਨ ਆ ਉਰਫ ਇਹ ਮਜ਼ਾਰਾ ਹੀ ਚੱਲਦਾ ਹੈ ਤੇ ਚਲ ਆਓ ਤੁਹਾਨੂੰ ਜਨਾਬ ਦੋਸਤੋ ਅਸੀਂ ਮਿਲਾਨੇ ਆ ਸਾਡੇ ਖੁਦ ਬਹੁਤ ਹੀ ਪਿਆਰੇ ਦੋਸਤ ਨੇ ਅਜ਼ੀਜ਼ ਨੇ ਜਨਾਬ ਅਜ਼ਰ ਸਹੀਦ ਸਾਹਿਬ ਚੇਅਰਮੈਨ ਵੀ ਨੇ ਇਸ ਪਿੰਡ ਦੇ ਤੇ ਉਹਨਾਂ ਨਾਲ ਗੱਲਬਾਤ ਕਰਨੇ ਆ ਅਸਲਾਮੁਅਲੈਕੁਮ ਜੀ ਵਾਲੇਕੁਮ ਸਾਲਮ ਸਭ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਆਪਣਾ ਸਭ ਆਪਣਾ ਨਾਮ ਦੱਸੋ ਜੀ ਬਰਾ ਅਜ਼ਰ ਸਹੀਦ ਰਾਣਾ ਅਜ਼ਰ ਸਹੀਦ ਕਾਸ਼ਫ ਅੱਛਾ ਇਹ ਦੱਸੋ ਕਿ ਆਪਣੇ ਯੂਸੀ ਦਾ ਕੀ ਨੰਬਰ ਇਥੇ 160 ਜਿਹੜੀ ਮੇਰੀ ਜੁਨੀਅਨ ਕੋਲ ਸਕਦਾ ਸਹੀ ਤੁਸੀਂ ਇੱਥੇ ਚੇਅਰਮੈਨ ਵੀ ਜੇ ਹਾਂਜੀ ਇਸ ਜੁਨੀਅਨ ਕੋਲ ਸਕਦਾ ਇਹ ਦੱਸੋ ਕਿ ਆਪਣੇ ਪਿੰਡ ਦਾ ਰਕਬਾ ਕਿੰਨਾ ਹੈ ਇਸ ਟਾਈਮ ਆਪਣੇ ਪਿੰਡ ਦਾ ਰਕਬਾ ਇਸ ਟਾਈਮ ਹੈ 42 ਮਰਬਾ ਅੱਛਾ ਆਪਣੇ ਪਿੰਡ ਦੇ ਵਿੱਚ ਕਿੰਨੀਆਂ ਕੁ ਜਾਤਾਂ ਬਰਾਦਰੀਆਂ ਬੈਠੀਆਂ ਨੇ ਬਰਾਦਰੀਆਂ 6-7 ਆ ਜਿਨ੍ਹਾਂ ਦੇ ਵਿੱਚ ਜੱਟ ਬਰਾਦਰੀ ਰਾਈ ਬਰਾਦਰੀ ਰਾਜਪੂਤ ਗੁੱਜਰ ਮਲਕ ਸ਼ੇਖ ਰਹਿਮਾਨੀ 마ਸ਼ਕੀ ਜਾਮ ਸਾਰੀਆਂ ਬਰਾਦਰੀਆਂ ਪਈਆਂ ਇਹ ਦੱਸੋ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਇਸ ਪਿੰਡ ਦੇ ਵਿੱਚ ਖੁਸ਼ਬੰਦੇ ਬੈਠੇ ਨੇ ਇੱਥੇ ਹਾਂਜੀ ਮਲਕ ਬਰਾਦਰੀ ਦੇ ਕੋਈ ਪੰਜ ਛੇ ਘਰ ਬੈਠੇ ਸਕੇ ਉਹ ਹੁਣ ਵੀ ਬੈਠੇ ਆ ਬਾਕੀ ਸਾਰੇ ਉਧਰੋਂ ਹੀ ਇੰਡੀਆ ਜੁਹੀ ਆਏ ਨੇ ਸਾਰੇ 47 ਦੇ ਮਹਾਜਰੀ ਸਾਨੂੰ 1947 ਦੇ ਬਾਕੀ ਸਾਰੇ ਮਹਾਜਰਾ ਕੋਈ ਜਲੰਧਰ ਦੇ ਆ ਕੋਈ ਸ਼ਹਿਰਪੁਰ ਦੇ ਸਹੀ ਅੱਛਾ ਆਪਣੇ ਪਿੰਡ 'ਚ ਸਕੂਲ ਬੱਚਿਆਂ ਦਾ ਬੱਚਿਆਂ ਦਾ ਹਾਂਜੀ ਬੱਚਿਆਂ ਦਾ ਸਕੂਲ ਮੀਡਲ ਸਕੂਲ ਆ ਜੀ ਬੱਚਿਆਂ ਦਾ ਹਾਈ ਸਕੂਲ ਆ ਇਹ ਦੱਸੋ ਕਿ ਸਾਨੂੰ ਮਾਲੂਮ ਹੋਇਆ ਹੈ ਕਿ 272 ਮਜ਼ਾਰਾ ਦੇ ਵਿੱਚ ਰਾਣਾ ਸਨਾਉਲਾ ਦੇ ਬਾਰੇ ਕਿ ਇਹ ਇਥੋਂ ਦੇ ਰਿਆਸ਼ੀ ਨੇ ਇਹ ਜਰਾ ਤਫਸੀਲ ਦੱਸਿਓ ਜਰਾ ਸਾਨੂੰ ਹਾਂਜੀ ਪਹਿਲਾਂ ਤਾਂ ਮੈਂ ਕਰੈਕਸ਼ਨ ਕਰ ਦਿੰਦਾ ਕਿ ਜਿਹੜਾ ਤੁਸੀਂ 272 ਨੂੰ ਮਜ਼ਾਰਾ ਬੋਲਦੇ ਆ ਨਾ ਜੀ ਮਜ਼ਾਰਾ ਨਹੀਂ ਹੈ ਇਹ ਲਫ਼ਜ਼ਾ ਮਿਰਜ਼ਾਰ ਡਿੰਗਰਾ 272 ਜੀਮਬੇ ਮਿਰਜ਼ਾਰ ਡਿੰਗਰਾ ਜਿਹੜਾ ਅਸਲ ਲਫ਼ਜ਼ ਆ ਸਾਡੇ ਪਿੰਡ ਦਾ ਉਹ ਇਹ ਆ ਰਾਣਾ ਸਾਹਿਬ ਵੀ ਸਾਡੇ ਪਿੰਡ ਤੋਂ ਬਿਲੋਂਗ ਕਰਦੇ ਤੇ ਜਸਟਿਸ ਇਫਤਖਾਰ ਮੁਹੰਮਦ ਚੌਧਰੀ ਜਿਹੜੇ ਆ ਉਹ ਵੀ ਇਸ ਪਿੰਡ ਤੋਂ ਬਿਲੋਂਗ ਕਰਦੇ ਆ ਰਾਣਾ ਸਾਹਿਬ ਬਾਕਾਇਦਾ ਬਚਪਨ ਜਿੱਥੇ ਰਹਿ ਵੀ ਆ ਇਹ ਸਕੂਲ 'ਚੇ ਵੀ ਉਹਨਾਂ ਨੇ ਕੋਈ ਇੱਕ ਦੋ ਕਲਾਸਾਂ ਦੋ ਦਿਨ ਕੀਤੀਆਂ ਆ ਉਸ ਤੋਂ ਬਾਅਦ ਉਹਨਾਂ ਦੇ ਵਾਲਦ ਸਾਹਿਬ ਸ਼ਹਿਰ ਸ਼ਿਫਟ ਹੋ ਗਿਆ ਸਮਨਾਵਾਦ ਤੇ ਰਾਣਾ ਸਾਹਿਬ ਵੀ ਫਿਰ ਸਮਨਾਵਾਦ ਚਲੇ ਗਏ ਉੱਥੇ ਹੀ ਪੜ੍ਹੇ ਉੱਥੇ ਵਕੀਲ ਬਣੇ ਉੱਥੋਂ ਹੀ ਸਿਆਸਤ 'ਚ ਆਏ ਪਹਿਲੇ ਸ਼ਹਿਰ ਇਲੈਕਸ਼ਨ ਉਹਨਾਂ ਨੇ ਲੜਿਆ 90 ਤੋਂ ਲੈ ਕੇ ਤੇ 2013 ਤੱਕ ਸ਼ਹਿਰ 'ਚ ਹੀ ਲੜੇ ਆ ਪਹਿਲਾ ਇਲੈਕਸ਼ਨ ਸੀਗਾ ਜਿਹੜਾ ਉਹ ਆਪਣੇ ਅਬਾਈ ਇਲਾਕੇ ਦੇ ਵਿੱਚ 2018 ਵਾਲਾ ਐਮਐਨਏ ਦਾ ਲੜਿਆ ਤੇ ਇਨਸ਼ਾਅੱਲਾ ਉਹ ਚੂ ਕਾਮਯਾਬ ਵੀ ਹੋਏ ਤੇ ਜਿਹੜਾ ਉਹਨਾਂ ਦਾ ਪੇ ਦਾ ਦੇ ਦਾ ਵਿਰਾਸਤੀ ਰਕਬਾ ਆ ਉਹ ਵੀ ਇਸ ਪਿੰਡ ਚ ਹੀ ਆ। ਸਹੀ। ਤੇ ਤੁਸੀਂ ਬਲਕਾਰ ਰਕਵੇ ਦੇ ਕੋਲ ਬੈਠੇ ਆਂ। ਜੀ ਜੀ। ਕਿਉਂਕਿ ਇਹ ਰਾਣਾ ਸਨੌਲਾ ਸਾਹਿਬ ਦੇ ਵਾਲਦ ਸਾਹਿਬ ਇਹ ਕਦੋਂ ਇੱਥੋਂ ਸ਼ਿਫਟ ਹੋਏ ਨੇ ਸ਼ਹਿਰ। ਕੁਸਨ 60 68 ਦੇ ਵਿੱਚ। ਮੇਰੀ ਤੋਂ ਹਲੇ ਪਦੈਸ਼ ਨਹੀਂ ਸੀ। ਸਹੀ। ਕਿਦੋਂ ਸੁਣਦੇ ਆਂ ਬਜ਼ੁਰਗਾਂ ਤੋਂ ਕਿ ਉਹ ਸਨ 60 ਜਾਂ 68 ਦੇ ਵਿੱਚ ਉਹ ਸ਼ਹਿਰ ਸ਼ਿਫਟ ਹੋ ਗਏ ਸਕੇ। ਤੁਹਾਡੇ ਕਰੀਬੀ ਨੇ ਹਾਂਜੀ ਮੇਰੇ ਖਾਲਾ ਦਾਦ ਭਾਈ ਨੇ ਖਾਲਾ ਦਾਦ ਹਾਂਜੀ ਅੱਛਾ ਜੀ ਰਾਣਾ ਸਨਾਵਲਾ ਸਾਹਿਬ ਦੇ ਕੋਈ ਭਾਈ ਵੀ ਹੋਰ ਹੈ ਨਾ ਹਾਂਜੀ ਭਾਈ ਉਹਨਾਂ ਦੇ ਇੱਕ ਹੈ ਅੱਛਾ ਉਹ ਕੈਨੇਡਾ ਨੈਸ਼ਨੈਲਿਟੀ ਹੋਲਡਰ ਨੇ ਸਹੀ ਤੇ ਕੈਨੇਡਾ ਹੀ ਹੁੰਦੇ ਆ ਦੋ ਭਾਈ ਨੇ ਸਿਰਫ ਦੋ ਭਾਈ ਤੀਸਰਾ ਭਾਈ ਵੀ ਸਗਾ ਫੌਤ ਹੋ ਗਿਆ ਸੀ ਹਫੀਜ਼ੁੱਲਾ ਸਨਾਵਲਾ ਤੋਂ ਛੋਟਾ ਹਫੀਜ਼ੁੱਲਾ ਉਹ ਉੱਥੇ ਬਾਹਰ ਨੇ ਹਾਂਜੀ ਕੈਨੇਡਾ ਚ ਹੁੰਦੇ ਰਹਿੰਦੇ ਉਦੋਂ ਇਹਦੇ ਤੇ ਨਹੀਂ 4 ਸਾਲੀ 5 ਸਾਲੀ ਗੇੜਾ ਲਾ ਜਾਂਦੇ ਫੈਮਲੀ ਸਾਰੀ ਆਪਣੀ ਉਧਰ ਸ਼ਿਫਟ ਕਰ ਗਏ ਚੀਫ ਜਸਿਸ ਇਫਤਖਾਰ ਮੁਹੰਮਦ ਚੌਧਰੀ ਜੋ ਸਾਬਕਾ ਚੀਫ ਜਸਿਸ ਨੇ ਸੁਪਰੀਮ ਕੋਰਟ ਦੇ ਹਾਂਜੀ ਉਹਨਾਂ ਦੇ ਬਾਰੇ ਜਰਾ ਦੱਸੋ ਕਿ تفصیلیہ ਜਰਾ چل ہاں جی ਉਹਨਾਂ ਦੇ ਵੱਲ ਸਾਹਿਬ ਪਹਿਲੇ ਤੋਂ ਹੀ ملازم ਸਗੇ ਪੁਲਿਸ ਦੇ ਵਿੱਚ ਕੋਟੇ ਸਹੀ ਤੇ ਉਹ ਬਚਪਨ ਜੇ ਆਉਂਦੇ ਰਹੇ ਇੱਥੇ ਹੁਣ ਵੀ ਆਉਂਦੇ ਆ ਖੁਸ਼ੀ ਗਮੀ ਤੇ ਕੋਈ ਖੁਸ਼ੀ ਗਮੀ ਹੋਵੇ ਆਉਂਦੇ ਆ ਉਹ ਵੀ ਤੇ ਲੇਕਿਨ ਉਹਨਾਂ ਦੀ ਜਿਹੜੀ تعلیم ਆ ਜਾਂ ਉਹਨਾਂ ਦੀ ਪਰਵਰਿਸ਼ ਆ ਉਹ ਸਾਰੀ ਕੋਟੇ ਦੀ ਆ ਉਹ ਐਜ਼ ਇਹ ਛੁੱਟੀਆਂ ਨੂੰ ਜਿਸ ਤਰ੍ਹਾਂ ਬੱਚੇ ਆਉਂਦੇ ਆ ਉਹ ਛੁੱਟੀਆਂ ਦੇ ਵਿੱਚ ਤਾਂ ਆਉਂਦੇ ਰਹੇ ਪਿੰਡ ਲੇਕਿਨ ਇੱਥੇ ਬੜੇ ਬੜੇ ਨਹੀਂ ਹੈਗੇ ਉਹ ਉਹਨਾਂ ਦੀ ਪੜ੍ਹਾਈ ਜਾਂ ਉਹਨਾਂ ਦੀ ਜਿਹੜੀ ਹੈ ਵੀ ਆ ਪਰਵਰਿਸ਼ ਉਹ ਸਾਰੀ ਉੱਥੇ ਕੋਟੇਰੀ ਆ ਲੇਕਿਨ ਬਿਲੋਂਗ ਉਹ ਇਸੇ ਪਿੰਡ ਨੂੰ ਵੀ ਕਰਦੇ ਆ ਉਹਨਾਂ ਦੇ ਚਾਚੇ ਤਾਏ ਸਾਰੇ ਇੱਥੇ ਹੀ ਆ ਰਕਬਾ ਵੀ ਉਹਨਾਂ ਦਾ ਰਕਬਾ ਜਿਹੜਾ ਉਹਨਾਂ ਦਾ ਵੀ ਅਜ ਰਈ ਰਕਬਾ ਹਾਲੇ ਵੀ ਇੱਕ ਮਰਲਾ ਵੀ ਨਹੀਂ ਉਹਨਾਂ ਨੇ فروਖਤ ਕੀਤਾ ਨਾ ਉਹਨਾਂ ਨੇ ਕੀਤਾ ਨਾ ਰਣਾ ਸਾਹਿਬ ਨੇ ਕੀਤਾ ਦੋਨਾਂ ਘਰਾਂ ਦਾ ਰਕਬਾ ਇੱਥੇ ਹੀ ਆ ਜਿਸ ਇਫਤਖਾਰ ਸਾਹਿਬ ਦਾ ਵੀ ਰਕਬਾ ਇੱਥੇ ਆ ਰਣਾ ਸਾਹਿਬ ਦਾ ਵੀ ਇੱਥੇ ਹੀ ਆ ਜਸਲੀ ਘਰ ਸਾਹਿਬ ਦੇ ਵਾਲਦ ਸਾਹਿਬ ਦਾ ਕੀ ਨਾਮ ਸੀ ਜਾਨ ਮੁਹੰਮਦ ਜਾਨ ਮੁਹੰਮਦ ਹਾਂਜੀ ਰਿਟਾਇਰ ਵੀ ਉੱਥੋਂ ਹੀ ਹੋਏ ਆ ਰਿਟਾਇਰ ਵੀ ਉਹ ਕੋਟੇ ਚ ਹੋਏ ਆ ਅੱਛਾ ਇਹ 47 ਤੋਂ ਬਾਅਦ ਡਾਇਰੈਕਟ ਉੱਥੇ ਚਲੇ ਗਏ ਸੀ ਡਾਇਰੈਕਟ ਉੱਥੇ ਚਲੇ ਗਏ ਨਹੀਂ ਆਉਂਦੇ ਰਿਹਾ ਇੱਥੇ ਇੱਥੇ ਵੀ ਰਹੇ ਆ ਬਚਪਨ ਜੇ ਇੱਥੇ ਰਹੇ ਆ ਤੇ ਕਹਿੰਦਾ ਜ਼ਿਆਦਾ ਇਹ ਲੋਕ ਉੱਥੇ ਕੋਟੇ ਰਹੇ ਆ ਉਹਨਾਂ ਦੀ ਫੈਮਿਲੀ ਇੱਥੇ ਹੀ ਆ ਸਹੀ ਸਾਰੇ ਇੱਥੇ ਬੈਠੇ ਆ ਤੇ ਖੁਸ਼ੀ ਗਮੀ ਤੇ ਇੱਥੇ ਆਉਂਦੇ ਆ ਕੋਈ ਵੀ ਕੋ ਫੌਤ ਹੋਵੇ ਜਾਂ ਕੋਈ ਸ਼ਾਦੀ ਹੋਵੇ ਤੇ ਆਉਂਦੇ ਆ ਘਰ ਦੋਨਾਂ ਫੈਮਿਲੀਆ ਦੇ ਮੌਜੂਦ ਨੇ ਮੌਜੂਦ ਨੇ ਜੀ ਇਹਨੂੰ ਉਹਨਾਂ ਦੀਆਂ ਫੈਮਲੀਆ ਦੇ ਕੋਲ ਆ ਮਤਲਬ ਚਾਚੇ ਤਾਇਆ ਦੇ ਜਿਹੜੇ ਬੇਟੇ ਆ ਉਹਨਾਂ ਦੇ ਕੋਲ ਆ ਸਹੀ ਉਹ ਜਿੰਦਾ ਖਾਨਗੀ ਹੁੰਦੀ ਹੈ ਨਾ مشترਕਾ ਪ੍ਰਾਪਰਟੀ ਫਿਰ ਉਹ ਜਿਹੜੇ ਚਾਚੇ ਤਾਇਆ ਦੇ ਬੇਟੇ ਉਹਨਾਂ ਦੇ ਕੋਲ ਸਵਾ ਜਾਂਦੀ ਹੈ ਹਾਂਜੀ ਇਹ ਦੱਸੋ ਕਿ ਰਾਣਾ ਸਨਾਉਲਾਹ ਸਾਹਿਬ ਦਾ ਪਿਛਲਾ ਜਿਹੜਾ ਇੰਡੀਆ ਦਾ ਅਚੜਦੇ ਪੰਜਾਬ ਦਾ ਉਹਦੇ ਚ ਕਿਹੜਾ ਇਹਨਾਂ ਦਾ ਪਿਛੇ ਸ਼ਹਿਰ ਸੀ ਜਾਂ ਪਿੰਡ ਸੀ ਜਿਲੰਦਰ ਜਿਹਨਾਂ ਦਾ ਪਿੰਡ ਸੀ ਮਲੀ ਨੰਗਲ ਜਿਲੰਦਰ ਚ ਮਲੀ ਨੰਗਲ ਨਾ ਦਾ ਪਿੰਡ ਸੀ ਮਲੀ ਨੰਗਲ ਹਾਂਜੀ ਮਲੀ ਨੰਗਲ ਸਹੀ ਉਹਨਾਂ ਦਾ ਵੀ ਉਹੀ ਮਲੀ ਨਗਰ ਸੀ ਇਕੱਠਾ ਹੀ ਸੀ ਇਕੱਠਾ ਹੀ ਸੀ ਇਫਤਖਾਰ ਜੋਰੀ ਤੇ ਰਾਣਾ ਸਾਹਿਬ ਇਹਨਾਂ ਦੇ ਵਾਲਦ ਫਸਟ ਕਜ਼ਨ ਸਗੇ ਠੀਕ ਹੋ ਗਿਆ ਜਸਸ ਇਫਤਖਾਰ ਦੇ ਵਾਲਦ ਤੇ ਰਾਣਾ ਸੁਨਾਲਾ ਦੇ ਵਾਲਦ ਫਸਟ ਕਜ਼ਨ ਚਾਚੇ ਤਾਈ ਦੇ ਬੇਟੇ ਸਗੇ ਆਪਣੇ ਇਸ ਤੋਂ ਹਟ ਕੇ ਕਾਸ਼ ਤਕਾਰ ਕੋਈ ਕਾਮਯਾਬ ਆਪਣੇ ਪਿੰਡ ਦੇ ਵਿੱਚ ਹਾਂਜੀ ਕਾਸ਼ਤਕਾਰ ਕਾਮਯਾਬ ਤੇ ਸਾਰੇ ਬੜੀ ਅੱਛੀ ਕਾਸ਼ਤਕਾਰੀ ਗੰਨੇ ਦੀ ਮੱਕਈ ਦੀ ਤੇ ਗੰਧਮ ਦੀ ਕਰਦੇ ਲੇਕਿਨ ਗੰਨਾ ਗੰਨੇ ਦੇ ਅਸੀਂ ਅੱਛੇ ਕਾਸ਼ਤਕਾਰ ਆ ਮੈਂ ਆਪ ਬਜ਼ਾਦੇ ਖੁਦ ਬੜਾ ਅੱਛਾ ਕਾਸ਼ਤਕਾਰ ਆ ਮੈਂ ਗੰਨੇ ਦੀ ਪੈਦਾਵਾਰ ਜਿਹੜੀ ਆ ਉਹ 12-1300 ਮਣਤੀ ਮੈਂ ਖੁਦ ਕੱਢਦਾ ਆ ਹੋਰ ਵੀ ਪਿੰਡ ਦੇ ਵਿੱਚ 4-5 ਘਰ ਐਸੇ ਆ ਜਿਹੜੇ ਗੰਨੇ ਦੀ ਅੱਛੀ ਪੈਦਾਵਾਰ ਲੈ ਜਾਂਦੇ ਆ ਪਿੰਡ ਦੇ ਵਿੱਚ ਕੋਈ ਖਿਡਾਰੀ ਕੋ ਨਾਮਵਰ ਨਿਕਲਿਆ ਹੋਵੇ ਹਾਂਜੀ ਖਿਡਾਰੀ 3-4 ਲੜਕੇ ਹੈ ਮੁਸਤਫਾ ਤਨਵੀਰ ਤਨਵੀਰ ਤਾਂ ਬਹੁਤ ਅੱਛਾ ਪਲੇਅਰ ਸਗਾ ਇਹ ਫੁੱਟਬਾਲ ਫੁੱਟਬਾਲ ਦੇ ਫੁੱਟਬਾਲ ਦੇ ਇੱਥੇ ਵਲੇੜਾ ਜੀ ਅੱਛੇ ਤੇ ਹੋਰ ਵੀ ਹੁਣ ਵੀ ਟੀਮ ਜਿਹੜੀ ਅੱਛੀ ਆ ਆਵਦ ਮੀਆਂ ਆਵਦ ਮੀਆਂ ਤਨਵੀਰ ਮੁਸਫਾ ਮੁਸਫਾ ਵੀ ਬਾਫੜਾ ਜੀ ਆ ਤੇ ਗਫਰਾਨ ਉਹ ਮੁੰਡੇ ਮੁxtਲਫ ਮਹਿਕਮੇ ਲੈ ਲੈਨੇ ਨੇ ਜਿਹੜੇ ਅੱਛੇ ਖੇਲਣ ਵਾਲੇ ਹੋਣ ਇਹ ਚਾਰ ਪੰਜ ਲੜਕੇ ਬਹੁਤ ਅੱਛੇ ਖੇលਦੇ ਰਹੇ ਹੁਣ ਗਾਂਵ ਵੀ ਟੀਮ ਅੱਛੀ ਏ ਤੁਹਾਡੇ ਪਿੰਡ ਚ ਇੱਕ ਹੱਡੀ ਜੋੜ ਦਾ ਨਾਮ ਜਿਹੜਾ ਸੀ ਹਾਂਜੀ ਅਬਦੁਲ ਹਮੀਦ ਪਲਵਾਨ ਉਹ ਫੌਤ ਹੋ ਗਿਆ ਲੇਕਿਨ ਹੁਣ ਉਹਨਾਂ ਦੇ ਅੱਗੇ ਬੇਟੇ ਨਵੀਦ ਆ ਲੜਕੇ ਦਾ ਨਾਮ ਉਹ ਕਰਦਾ ਕੰਮ ਬੜਾ ਅੱਛਾ ਮਹਾਰਾਜ ਹੱਡੀ ਜੋੜ ਡਾਕਟਰਾਂ ਦੇ ਵੀ ਜਿਹੜੇ ਰਿਜੈਕਟ ਕੀਤੇ ਕੇਸ ਉਹ ਲੈਂਦਾ ਤੇ ਉਹਦੇ ਵਿੱਚੋਂ ਕਾਮਯਾਬੀ ਹੈ ਕੋ ਅੱਲਾ ਲਾਉਣਾ ਵੀ ਉਹਨਾਂ ਨੂੰ ਸ਼ਿਫਾ ਹੈਗੀ ਹੈ ਕੁਦਰਤੀ ਤੌਰ ਤੇ ਉਹਨਾਂ ਨੇ ਬਜ਼ੁਰਗਾਂ ਨੂੰ ਸ਼ਿਫਾ ਵੀ ਆਪਣੇ ਪਿੰਡ ਦੇ ਜਿਹੜੇ ਨੇ ਕੋਈ ਬਜ਼ੁਰਗ ਜਿਹੜੇ ਨੇ ਕੋ 80 80 90 ਸਾਲ ਤੱਕ ਦੇ ਹਾਂਜੀ ਹੈਗੇ ਉਹਦਾ ਨਾਮ ਦੱਸੋ ਜਰਾ ਰਹਿਮਤ ਜੱਟ ਹੋਰ ਇੱਕ ਮਜਿਸਟਰ ਕੋ 3-4 ਦਿਨ ਪਹਿਲੇ ਫੌਤ ਹੋਇਆ ਆਮਾਨਤ ਆਮਨਨਾ ਦੇ ਉਹਨਾਂ ਹੀ ਤੇ 100 ਤੇ ਕੋਈ 4 ਸਾਲ ਹੋ ਗਏ ਫੌਤ ਹੋਇਆ ਉਹ ਅਜੇ ਸਿਰ 3-4 ਦਿਨ ਹੋਏ ਆ ਜੇ ਤੁਸੀਂ ਪਹਿਲਾਂ ਪ੍ਰੋਗਰਾਮ ਬਣਾ ਲੈਂਦੇ ਤੇ ਅਸੀਂ ਉਹਨਾਂ ਦਾ ਇੰਟਰਵਿਊ ਕਰਵਾ ਦਿੰਦੇ ਅਲੀ ਮੁਹੰਮਦ ਜੱਟ ਉਹਦੀ ਵੀ ਉਮਰ ਹੋਏਗੀ 90 ਪਲੱਸ ਹੋਏਗੀ ਅੱਜ ਕੋ ਪਿੰਡ ਦੀ ਕੋ ਖਾਸ ਸਗਾਤ ਕੋਈ ਬਰਫੀਪੁਰ ਦੀ ਜੀ ਮਦਾਰੇ ਦੇ ਪੁਰ ਦੀ ਬਰਫੀ ਮਸ਼ਹੂਰ ਆ ਬਹੁਤ ਮਸ਼ਹੂਰ ਬਹੁਤ ਮਸ਼ਹੂਰ ਆ ਜੀ ਤੁਸੀਂ ਆਪ ਖਾਂਦੇ ਹਾਂ ਖਾਂਦੇ ਰਹੀਦਾ ਭੇਜਦੇ ਵੀ ਰਹੀਦਾ ਹੈ ਤੇ ਕਈ ਦੋਸਤ ਫਰਮਾਇਸ਼ ਕਰ ਦਿੰਦੇ ਜੀ ਕਿ ਸਾਨੂੰ ਪੁੱਲ ਦੀ ਬਰਫੀ ਭੇਜੋ ਕੱਲ ਹਾਲੇ ਆਵਪੜ ਵਾਲਿਆਂ ਨੇ ਫਰਮਾਇਸ਼ ਭੇਜੀ ਸੀ ਕਿ ਸਾਨੂੰ ਬਰਫੀ ਭੇਜੋ ਜੀ ਤੇ ਦੋਸਤੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਚੀਫ ਜਸਸ ਇਫਤਿਹਾਰ ਮੁਹੰਮਦ ਚੌਧਰੀ ਸਾਹਿਬ ਦੇ ਭਤੀਜੇ ਲੱਗਦੇ ਨੇ ਤੇ ਨਾਲ ਹੀ ਰਾਣਾ ਸਨਾਉਲਾ ਸਾਹਿਬ ਦੇ ਭਤੀਜੇ ਨੇ ਰਿਸ਼ਤੇ ਵੱਲੋਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦਾ ਨਾਮ ਮੁਹੰਮਦ ਅਬਸਾਰ ਹੈ ਉਹ ਜ਼ਰਾ ਪੁੱਛ ਦੇਣਾ ਕੋਣ ਅਸਲਾਮੁਆਲੇਕਮ ਜੀ ਵਾਅਲੇਕਮ ਸਲਾਮ ਜੀ ਕੀ ਹਾਲ ਚੱਲ ਤੁਹਾਡਾ ਜੀ ਠੀਕ ਠਾਕ ਹਾਂ ਬੜਾ ਸ਼ੁਕਰ ਤੁਸੀਂ ਸੁਣਾਓ ਹਾਂਜੀ ਇਹ ਦੱਸੋ ਕਿ ਇਫਤਖਾਰ ਹਮਨ ਚੌਧਰੀ ਸਾਹਿਬ ਤੇ ਰਾਣਾ ਸਨਾਉਲਾ ਸਾਹਿਬ ਇਹ ਤੁਹਾਡੇ ਰਿਸ਼ਤੇਦਾਰ ਨੇ ਕੀ ਲੱਗਦੇ ਨੇ ਜੀ ਮੈਂ ਜਸਟਿਸ ਇਫਤਖਾਰ ਮਮਚੋਰੀ ਵਾਲਾ ਸਾਹਿਬ ਦੇ ਮਾਮੇ ਦੇ ਬੇਟੇ ਸਹੀ ਤੇ ਵਾਲਦਾ ਦੇ ਮਾਮੇ ਦੇ ਬੇਟੇ ਸਹੀ ਮੇਰੇ ਲੱਗੇ ਮਾਮੂ ਜੀ ਠੀਕ ਹੋ ਗਿਆ ਤੇ ਚਾਚੂ ਵੀ ਲੱਗਦੇ ਮਾਮੂ ਲੱਗਦੇ ਰੋਜ਼ ਰਿਸ਼ਤੇਦਾਰੀਆਂ ਨੇ ਜੀ ਜੀ ਵਾਲਦ ਸਾਹਿਬ ਦੇ ਮਾਮੇ ਦੇ ਬੇਟੇ ਵਾਲਦਾ ਦੇ ਮਾਮੇ ਦੇ ਬੇਟੇ ਨੇ ਤੇ ਰਾਣਾ ਸੁਨਾਰਾ ਦਾ ਸਾਹਿਬ ਵਾਲਾ ਸਾਹਿਬ ਦੇ ਚਾਚੀ ਦੇ بیٹے ਨੇ ਵਾਲਾ ਸਾਹਿਬ ਵਾਲਦਾ ਸਾਹਿਬਾ ਦੇ ਮਾਮੇ ਦੇ بیٹے ਨੇ ਠੀਕ ਹੋ ਗਿਆ ਉਧਰੋਂ ਭਤੀਜਾ ਲੱਗਾ ਇੱਕ ਪਾਸੇ ਇੱਕ ਪਾਸੇ ਭਾਂਜਾ ਲੱਗਾ ਭਾਂਜਾ ਲੱਗਾ ਡਬਲ ਗੂੜੀਆਂ ਰਿਸ਼ਤੇ ਦਾ ਹਾਂਜੀ ਗੂੜੀਆਂ ਰਿਸ਼ਤਾ ਜਿੰਦਾ ਆਪਸ ਤੇ ਆਉਂਦੇ ਜਾਂਦੇ ਵੀ ਨੇ ਜੀ ਜੀ ਆਉਂਦੇ ਜਾਂਦੇ ਆ ਜੀ ਹਰ ਗਮੀ ਖੁਸ਼ੀ ਤੇ ਕੋਈ ਸ਼ਾਦੀ ਹੋਵੇ ਕੋਈ ਗਮੀ ਹੋਵੇ ਕੋਈ ਖੁਸ਼ੀ ਹੋਵੇ ਹਰ ਜਗ੍ਹਾ ਤੇ ਹੁੰਦੇ ਨੇ ਰਾਤ ਤੇ ਰਹਿੰਦੇ ਨੇ ਸਹੀ ਹਰ ਟਾਈਮ ਜੀ ਤੇ ਸਾਡੇ ਨਾਲ ਜਨਾਬ ਇੱਕ ਹੋਰ ਦੋਸਤ ਨੇ ਇਸੇ ਹੀ ਪਿੰਡ ਦੇ ਵਾਸੀ ਨੇ ਮੁਹੰਮਦ ਜ਼ਾਹਰ ਹੁਸੈਨ ਸਾਹਿਬ ਇਹ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆ ਇਹਨਾਂ ਕੋਲੋਂ ਅਸਲਾਮੁਅਲੈਕੁਮ ਜੀ ਵੈਲਕਮ ਸਲਾਮ ਕੀ ਹਾਲ ਚੱਲੋ ਤੁਹਾਡਾ ਜੀ ਠੀਕ ਠਾਕ ਆਹ ਜੀ ਆਪਣਾ ਕੀ ਸ਼ੋਗਲ ਹੈ ਜੀ ਕੀ ਕੰਮਸ਼ਮ ਕਰਦੇ ਜੀ ਕੰਮ ਆ ਟਰਾਂਸਪੋਰਟਰੀ ਦਾ ਕਰਦੇ ਜੀ ਜ਼ਿੰਮੇਦਾਰ ਆ ਸਹੀ ਹਾਂਜੀ ਟਰਾਂਸਪੋਰਟ ਦੀ ਬੱਸਾਂ ਚੱਲਦੀਆਂ ਤੁਹਾਡੀਆਂ ਹਾਂਜੀ ਬੱਸਾਂ ਇੱਥੇ ਪਿੰਡ ਚੱਕ ਚੋਂ ਲੋਕੇਸ਼ਨ ਸਮਝਾਓ ਵੀ ਪਿੰਡ ਨੂੰ ਆਣਾ ਹੋਵੇ ਕਿਸੇ ਬੰਦੇ ਨੇ ਤੇ ਕਿੱਧਰੋਂ ਹੋ ਗਿਆ ਵੇ ਇਹ ਪਿੰਡ ਤੋਂ ਜੀ ਇੱਥੋਂ ਜਾਂਦੇ ਆ 40 ਚੱਕ ਬੱਸਾਂ ਜਾਂਦੀਆਂ ਸਵੇਰ ਸਹੀ ਸ਼ਾਮੀਆਂ ਦੀ ਇਸੇ ਪਿੰਡ ਚੋਂ ਫੈਸਲਾਬਾਦ ਜਾਣਾ ਹੋਵੇ ਜੀ ਹਾਂ ਜੀ ਬੱਸਾਂ ਸਵੇਰ ਜਾਂਦੀਆਂ ਸ਼ਾਮੀ ਜਾਂਦੀਆਂ ਸਹੀ ਤੇ ਕਿੰਨੇ ਟਾਈਮ ਬਾਅਦ ਇਹ ਤਕਰੀਬਨ ਸਵੇਰ ਨੂੰ ਜਾਂਦੀਆਂ ਅੱਧੇ ਘੰਟੇ ਬਾਅਦ ਅੱਛਾ ਜੀ ਕੋ ਤਕਰੀਬਨ 2-3 ਬੱਸਾਂ ਹਰ ਅੱਧੇ ਘੰਟੇ ਬਾਅਦ ਫੈਸਲਾਬਾਦ ਆਈ ਸਵੇਰ-ਸਵੇਰ ਹੀ ਜਾਂਦੀਆਂ ਸਹੀ ਹਾਂ ਜੀ ਤੇ ਬਾਕੀ ਜ਼ਿਆਦਾ ਵੈਰ ਨਾ ਇੱਥੋਂ ਪੁੱਲ ਤੋਂ ਚੱਲਦੀਆਂ ਆਪਣੇ ਮਜ਼ਾਰੇ ਵਾਲੇ ਤੋਂ ਸਹੀ ਤੇ ਇਹ ਬਰਾਸਤਾ 35 36 ਚੰਨਣ ਕੇ ਬਲੂ ਮੋੜ ਹਾਂਜੀ 에어ਪੋਰਟ ਹਾਂਜੀ ਇਹ ਹਾਂਜੀ ਇਹ ਤਕਰੀਬਨ 40 ਮਿੰਟ ਬਾਅਦ ਵੈਗਨ ਨਿਕਲਦੀ ਹੈ ਤੇ ਪੈਂਸਰੇ ਜਿਹੜੀ ਆ ਉਹ ਆਪਣੀ ਮਦਦ ਆਪ ਦੇ ਤਰ੍ਹਾਂ ਆਪਣੀ ਸਵਾਰੀ ਪੈਂਸਰਾ ਮੀਪੁਰ